ਕਿੰਨੂ ਬਾਗਵਾਨਾਂ ਨੇ ਸੜਕਾਂ ਤੇ ਕਿੰਨੂ ਖਿਲਾਰ ਕੇ ਵੱਡਾ ਰੋਸ ਪ੍ਰਦਰਸ਼ਨ ਕੀਤਾ ਹੈ। ਕਿਸਾਨ ਕਿੰਨੂਆਂ ਦੀਆਂ ਟਰਾਲੀਆਂ ਭਰ ਕੇ ਡੀਸੀ ਦਫ਼ਤਰ ਪਹੁੰਚੇ ਅਤੇ ਕਿੰਨੂਆਂ ਨੂੰ ਡੀਸੀ ਦਫ਼ਤਰ ਦੇ ਬਾਹਰ ਸੜਕਾਂ ਤੇ ਢੇਰੀ ਕਰ ਦਿੱਤਾ। ਕਿਸਾਨ ਕਰੀਬ 100 ਟਰਾਲੀਆਂ ਲੈ ਕੇ ਪਹੁੰਚੇ ਸੀ ਅਤੇ ਰੋਸ ਵਜੋਂ ਡੀਸੀ ਦਫ਼ਤਰ ਦੇ ਬਾਹਰ ਹੀ ਕਿੰਨੂ ਢੇਰੀ ਕਰ ਦਿੱਤੇ, ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਤੇ ਰੋਸ ਪ੍ਰਦਰਸ਼ਨ ਫਾਜ਼ਿਲਕਾ ਦੇ ਡੀਸੀ ਦਫ਼ਤਰ ਬਾਹਰ ਕੀਤਾ ਗਿਆ, ਜਿੱਥੇ ਬੋਹਰ ਤੋਂ ਆਏ ਕਿੰਨੂ ਬਾਗਵਾਨਾਂ ਨੇ ਕਿੰਨੂਆਂ ਦੇ ਵਾਜਿਬ ਰੇਟ ਨਾ ਮਿਲਣ ਕਾਰਨ ਵੱਡਾ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਅੱਕੇ ਕਿਸਾਨਾਂ ਨੇ ਕਿੰਨੂਆਂ ਦਾ ਰੇਟ ਨਾ ਮਿਲਦਾ ਦੇਖ ਕੇ ਕਿੰਨੂਆਂ ਨੂੰ ਸੜਕਾਂ ਤੇ ਖਿਲਾਰਨ ਦਾ ਫੈਸਲਾ ਕੀਤਾ। ਕਿਸਾਨਾਂ ਦਾ ਇਲਜ਼ਾਮ ਹੈ ਕਿ ਉਹਨਾਂ ਨੂੰ ਕਿੰਨੂਆਂ ਦੇ ਸਹੀ ਰੇਟ ਨਹੀਂ ਦਿੱਤੇ ਜਾ ਰਹੇ ਅਤੇ ਨਾ ਹੀ ਉਹਨਾਂ ਦੇ ਕਿੰਨੂ ਖਰੀਦੇ ਜਾਂਦੇ ਨੇ, ਜਦਕਿ ਪ੍ਰਸ਼ਾਸਨ ਕੁਝ ਸਿਆਸੀ ਲੀਡਰਾਂ ਦੇ ਕਿੰਨੂ ਹੀ ਖਰੀਦ ਰਹੀ ਹੈ। ਉਮੀਦ ਇਹਨਾਂ ਦੀ ਕੀ ਜੀ, ਆਹ ਦੇ ਬਦਲਾਅ ਵਾਲੇ ਆਏ ਸੀ, ਹਾਂ ਦੇ ਵੋਟਾਂ ਦੇ ਨਾਲ ਬਦਲਾਅ ਦੇ ਨਾਂ ਲਈਆਂ ਬਦਲਾਅ ਲਿਆਵਾਂਗੇ। ਸਰਕਾਰ ਭਗਵੰਤ ਮਾਨ ਦੀ ਹੋਵੇ ਅਤੇ ਕਿੰਨੂ ਸੁਖਬੀਰ ਦਾ ਵੀ ਕੇ, ਅਤੇ ਸਾਡੇ ਛੱਡੋ, ਇਹਨਾਂ ਦੇ ਫੀਲਿਆਂ ਦੇ ਵਿਕ ਜਾਂਦੇ। ਹਾਂ ਜਿਹੜੇ ਇਹਨਾਂ ਦੇ MLA ਤੇੜੂ ਐਵੇਂ ਤਿੜੇ ਫਿਰਦੇ ਨੇ, ਇਹਨਾਂ ਦੇ ਫੀਲਿਆਂ ਦੇ ਨਹੀਂ ਵਿਕੇ। ਇੱਕ ਹੋਰ ਤੁਹਾਨੂੰ ਇੱਕ ਹਾਸੇ ਵਾਲੀ, ਇਹ ਮੇਰੇ ਵਾਸਤੇ ਸ਼ਰਮ ਵਾਲੀ ਗੱਲ ਹੈ, ਪਰ ਉਹ ਹਾਸੇ ਵਾਲੀ ਉਹ ਫੀਲੇ ਵਾਸਤੇ ਆ। ਵੱਡੇ ਵੱਡੇ ਵਿੱਤ ਮੰਤਰੀ ਨਾਲ ਤੱਕ ਵੱਡੇ ਵੱਡੇ ਉਹ ਮੰਤਰੀਆਂ ਨਾਲ ਫੋਟੋਆਂ ਰੋਜ਼ ਖਿਚਾ ਕੇ ਪਾਉਂਦਾ, ਅਤੇ 8 ਰੁਪਈਏ ਉਹਦਾ ਕਿੰਨੂ ਇਹਨਾਂ ਖਰੀਦਿਆ, ਉਹ ਵੀ ਉਹਦਾ ਯਾਰ ਕੋਈ ਰੇਟ ਤਾਂ ਖਰੀਦੋ ਮੇਰਾ। ਆਹਦੇ ਜੇ 8 ਦੇਗਾ, ਆਹਦੇ 8 ਉਹ ਲਿਸਟ 'ਚ ਨਾ ਹੁੰਦਾ, ਮੇਰੇ ਕੋਲ ਬਕਾਇਦਾ ਨਾ ਹੈ, ਇਕੱਲਾ ਉਹਦਾ ਖਰੀਦਿਆ ਉਹ ਵੀ 8 ਰੁਪਈਏ, ਅਤੇ ਬਾਕੀ ਇਹਦਾ ਨਾ ਸਾਨੂੰ ਰੋਲ ਹੀ ਦਿੱਤਾ। ਕਿਸਾਨਾਂ ਨੇ ਇਸ ਦੌਰਾਨ ਐਲਾਨ ਕੀਤਾ ਕਿ ਜੇਕਰ ਪ੍ਰਸ਼ਾਸਨ ਉਹਨਾਂ ਦੀਆਂ ਮੰਗਾਂ ਨਹੀਂ ਮੰਨਦਾ ਤਾਂ ਉਹਨਾਂ ਵੱਲੋਂ ਪੱਕੇ ਤੌਰ ਤੇ ਮੋਰਚਾ ਲਾਇਆ ਜਾਵੇਗਾ ਅਤੇ ਉਹ ਕਿੰਨੂਆਂ ਨੂੰ ਸੜਕ ਦੇ ਖਿਲਾਰਨਾ ਜਾਰੀ ਰੱਖਣਗੇ। ਤੁਹਾਡੇ ਵਰਗੇ ਪੱਤਰਕਾਰ ਭਰਾ ਇਹਨੂੰ ਆਵਾਜ਼ ਨੂੰ ਉੱਤੇ ਤੱਕ ਪਹੁੰਚਾਣ, ਤੇ ਜਿਹੜੀ ਸਰਕਾਰ ਕਹਿ ਰਹੀ ਹੋਈ ਕਿਸਾਨਾਂ ਦਾ ਭਲਾ ਕਰ ਰਹੇ ਆ, ਭਲਾ ਤੁਹਾਨੂੰ ਵਿਖਾ ਰਹੇ, ਲੱਖਾਂ ਰੁਪਏ ਦਾ ਨੁਕਸਾਨ ਹੈ ਕਰ ਰਹੇ ਹੋ, ਸਾਨੂੰ ਨੁਕਸਾਨ ਰੋਜ਼ ਹੀ ਹੋ ਰਿਹਾ ਲੱਖਾਂ ਰੁਪਏ ਦਾ, ਇਹ ਅੱਜ ਨਹੀਂ ਹੋ ਰਿਹਾ, ਤੁਹਾਨੂੰ ਅੱਗੇ ਦੇਖ ਨਹੀਂ ਰਿਹਾ, ਅੱਜ ਤੁਹਾਨੂੰ ਵਿਖਾਇਆ, ਤੁਹਾਨੂੰ ਨਹੀਂ ਦੇ ਵਿੱਚ ਵੰਡ ਦਿੱਤਾ ਜਾਂਦਾ। ਸਰ ਗਰੀਬਾਂ 'ਚ ਵੰਡਣ ਨੂੰ ਤਿਆਰ ਆ, ਪਰ ਸਰਕਾਰ ਜੇ ਕੋਈ ਰੇਟ ਦੇਊਗੀ ਤਾਂ ਹੀ ਦੇਊਗੀ, ਤੁਹਾਡੇ ਤੱਕ ਆਵਾਜ਼ ਹੀ ਨਹੀਂ ਪਹੁੰਚੀ। ਤੁਸੀਂ ਉਹਨਾਂ ਤੇ ਰਿਕੁਐਸਟ ਕਰਦਾ, ਮੈਂ ਉਹਦੀ ਗੱਲ, ਸਰ ਤੁਸੀਂ ਅੱਜ ਹੀ ਪੁੱਛ ਰਹੇ ਹੋ ਸਾਨੂੰ ਇਹ ਗੱਲ, ਅਸੀਂ ਪਿਛਲੇ ਮਹੀਨੇ ਪੱਧਰ ਤੋਂ ਰੋ ਰਹੇ ਹਾਂ, ਘਰੇ ਬਹਿ ਕੇ ਸੋ, ਕਿਸਾਨ ਸਾਡਾ ਭੁੱਖਾ ਮਰ ਰਿਹਾ, ਅੱਜ ਜੇ ਤੁਹਾਨੂੰ ਇਹ ਵਿਖਾਇਆ ਤਾਂ ਹੀ ਤੁਸੀਂ ਸਾਨੂੰ ਇਹ ਗੱਲ ਪੁੱਛੀ ਹੈ ਨਾ, ਸਰਕਾਰ ਦੇ ਵੀ ਕੰਨਾਂ ਜੂ ਸਰਕੂਗੀ ਵੀ ਆਹ ਕੰਮ ਹੋਇਆ, ਮੈਂ ਕਰੀਏ ਕੁਛ। ਕਿੰਨੀਆਂ ਟਰਾਲੀਆਂ ਸਰ ਲੈ ਕੇ ਤੁਸੀਂ ਪਹੁੰਚੋ? 100 ਟਰਾਲੀਆਂ ਆਈਆਂ ਸੀ, 70 ਟਰਾਲੀਆਂ ਸੀ, ਮਗਰ ਸਾਡੇ ਜ਼ਿਮੀਦਾਰ ਹੋਰ ਆ ਰਹੇ ਆ, ਜੇ ਸਾਡਾ ਮੋਰਚਾ ਇੱਥੇ ਪੱਕਾ ਡਟ ਗਿਆ ਤਾਂ ਬਵਾਂਗੇ, ਨਹੀਂ ਤਾਂ ਫਿਰ ਹੁਣ ਨਾਲੇ ਤਾਂ ਕਹਿੰਦੇ ਵੀ ਇੱਕ ਜਿਹੜਾ ਮੀਟਿੰਗ ਦਾ ਸਵਾਸ਼ਨ ਦੇ ਦਿੱਤਾ ਗਿਆ। ਸਰ ਉਹ 30 ਟਰਾਲੀਆਂ ਜਿਹੜੀਆਂ ਮਗਰ ਆ ਰਹੀਆਂ, ਉਹਨਾਂ ਦੱਸ ਰਿਹਾ ਵੀ ਤੁਹਾਨੂੰ ਜੇ ਮੀਟਿੰਗ ਦਾ ਹੁਣ ਕਹਿਤਾ ਮੋੜ ਦਿਆਂਗੇ, ਉਹਨਾਂ ਨੂੰ ਮੋੜ ਦੋਗੇ? ਹਾਂਜੀ ਜੀ, ਧੰਨਵਾਦ। ਹਾਲਾਂਕਿ ਬਾਅਦ 'ਚ ਪ੍ਰਸ਼ਾਸਨ ਨੇ ਕਿਸਾਨਾਂ ਦੇ ਰੋਸ ਨੂੰ ਦੇਖਦਿਆਂ ਉਹਨਾਂ ਨੂੰ ਮੀਟਿੰਗ ਦਾ ਭਰੋਸਾ ਦਿੱਤਾ। ਪ੍ਰਸ਼ਾਸਨ ਨੇ ਕਿੰਨੂ ਬਾਗਵਾਨਾਂ ਨੂੰ 13 ਤਰੀਕ ਲਈ ਮੀਟਿੰਗ ਦਾ ਲਿਖਤੀ ਸੱਦਾ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਰੋਸ ਪ੍ਰਦਰਸ਼ਨ ਸਮਾਪਤ ਕਰ ਦਿੱਤਾ। ਉੱਧਰ ਇਸ ਦੌਰਾਨ ਲੋੜਵੰਦ ਵਿਅਕਤੀ ਸੜਕਾਂ 'ਤੇ ਖਿਲਾਰੇ ਕਿੰਨੂ ਇਕੱਠੇ ਕਰਦੇ ਵੀ ਨਜ਼ਰ ਆਏ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ TV।